ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਨਜ਼ਦੀਕ ਪੈਂਦੇ ਪਿੰਡ ਛਾਪਰ ਜਾਜਨ ਨਿੱਕੋਸਰਾ ਤਲਵੰਡੀ ਨਾਮਾ ਪੱਬਾ ਰਾਲੀ ਮਾਲੇਵਾਲ ਆਦਿ ਦਾ ਪੱਤਰਕਾਰਾਂ ਦੀ ਟੀਮ ਨੇ ਦੌਰਾ ਕੀਤਾ। ਚਾਰੇ ਪਾਸੇ ਝੋਨਿਆਂ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਪੱਬਾ ਰਾਲੀ ਦੇ ਵਸਨੀਕ ਸਾਬਕਾ SHO ਪੁਲਿਸ ਦੇ ਸਰਦਾਰ ਗੁਲਦਿਆਲ ਸਿੰਘ ਨੇ ਦੱਸਿਆ ਕਿ ਮੈਂ 3 ਪਿੰਡਾਂ ਵਿੱਚ ਪਾਣੀ ਕੱਢਣ ਵਾਸਤੇ ਆਪਣੇ ਕੋਲੋਂ 2 ਪੁਲੀਆਂ ਬਣਾਈਆਂ ਹਨ ਤਾਂ ਜੋ ਸਾਰਿਆਂ ਦਾ ਭਲਾ ਹੋ ਸਕੇ, ਝੋਨੇ ਦੀ ਡੁੱਬੀ ਫਸਲ ਬਚ ਸਕੇ, ਪਰ ਬੇਮੌਸਮੀ ਬਰਸਾਤ ਹੋਣ ਕਰਕੇ ਬਹੁਤ ਨੁਕਸਾਨ ਹੋਇਆ ਹੈ। ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਹਰਜਿੰਦਰ ਸਿੰਘ ਭੁੱਲਰ, ਦਿਵਿਆ ਪੰਜਾਬ TV, ਰਮਦਾਸ। ਮੈਂ ਮਨਪ੍ਰੀਤ ਸਿੰਘ, ਪਿੰਡ ਕੋਟਮੋਲਵੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਜਿਹੜੀ ਬੇਮੌਸਮੀ ਬਰਸਾਤ ਹੋਈ ਹੈ, ਇਹਨਾਂ ਜ਼ਿਮੀਂਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਵਾ। ਜਿਹੜੇ ਝੋਨੇ ਆ ਬਿਲਕੁਲ ਮਤਲਬ ਲੰਮੇ ਪੈ ਗਏ ਆ, ਪਾਣੀ ਉੱਥੋਂ ਦੀ ਵਗਣ ਡਿਆ ਵਾ, ਅਤੇ ਜੇ ਕੋਈ ਥੋੜ੍ਹਾ ਬਹੁਤਾ ਹੋ ਸਕਿਆ ਹੋਰ ਪੈ ਗਿਆ ਤਾਂ ਜ਼ਿਮੀਂਦਾਰਾਂ ਦੇ ਪੱਲੇ ਕੁਛ ਨਹੀਂ ਰਹਿਣਾ ਹੈਗਾ। ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵਾਂ ਕਿ ਜ਼ਿਮੀਂਦਾਰਾਂ ਦਾ ਮਤਲਬ ਸਾਥ ਦਿੱਤਾ ਜਾਏ ਅਤੇ ਉਹਨਾਂ ਵੱਲ ਵੇਖ ਕੇ ਜੋ ਬਣਦਾ ਮੁਆਵਜ਼ਾ ਦਵਾਇਆ ਜਾਵੇ। ਮੇਰੀ ਸਰਕਾਰ ਅੱਗੇ ਇਹੋ ਬੇਨਤੀ ਹੈ। ਮੈਂ ਗੁਰਦਿਆਲ ਸਿੰਘ, ਪੁੱਤਰ ਵਿਰਸਾ ਸਿੰਘ, ਪਿੰਡ ਪੱਬਾ ਰਾਲੀ ਕਲਾਂ, ਰਿਟਾਇਰ ਥਾਣੇਦਾਰ, ਅਰਜ ਕਰਦਾ ਕਿ ਜਿਹੜੀ ਮੇਰੀ ਜ਼ਮੀਨ ਜਾਇਦਾਦ ਦੇ ਨਾਲ ਲੱਗਦੀ ਪਿੰਡ ਵਾਸੀਆਂ ਦੀ ਜ਼ਮੀਨ, ਜਿਹੜਾ ਬਰਸਾਤੀ ਪਾਣੀ ਆਮ ਸਾਰੇ ਇਲਾਕੇ ਦਾ, ਛੋਟੀ ਪੱਬਰ ਵਾਲੀ, ਮਾਲੇਵਾਲ, ਨੰਦਿਆਲ ਦਾ ਸਾਰਾ ਪਾਣੀ ਇੱਥੇ ਮੇਰੀ ਜ਼ਮੀਨ 'ਚ ਇਕੱਠਾ ਹੁੰਦਾ, ਇਹਦੇ ਕੱਢਣ ਵਾਸਤੇ, ਪਾਣੀ ਦਾ ਨਿਕਾਸੀ ਵਾਸਤੇ ਰਸਤਾ 2 ਕਰਮਾਂ ਜਿਹੜਾ ਇਹਦੇ ਨਾਲ 2 ਪੁਲੀਆਂ ਆਪਣੀ ਜੇਬ ਵਿੱਚੋਂ ਪਾਈਆਂ ਹਨ, ਜਿਹੜੀਆਂ ਕਿ ਇਲਾਕੇ ਦਾ ਪਾਣੀ ਜਿਹੜਾ ਸਾਰਾ ਨਿਕਾਸੀ ਕਰਨ ਰਹੇ ਆ। ਮੈਂ ਅਵਤਾਰ ਸਿੰਘ ਬਾਜਵਾ ਜੀ, ਪਿੰਡ ਪੱਬਰ ਵਾਲੀ, ਬੇਨਤੀ ਕਰਦਾ ਕਿ ਜਿਹੜੀ ਪਿੱਛੇ ਕੱਲ੍ਹ ਪਰਸੋਂ ਹੋਈ ਹੈ ਬਰਸਾਤ, ਇਹਦੇ ਵਿੱਚ ਸਾਡੇ ਪਿੰਡ ਪੱਬਰ ਵਾਲੀ ਕਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਲੋਕਾਂ ਦੇ ਕਾਫੀ ਫਸਲਾਂ ਮਾਰੀਆਂ ਗਈਆਂ ਨੇ, ਅਤੇ ਅਜੇ ਤੱਕ ਜਿਹੜਾ ਪ੍ਰਸ਼ਾਸਨ ਹੈ ਉਹਦਾ ਕੋਈ ਵੀ ਅਧਿਕਾਰੀ ਸਾਡੇ ਤੱਕ ਨਹੀਂ ਪਹੁੰਚਿਆ। ਸਾਡੀ ਬੇਨਤੀ ਹੈ ਸਰਕਾਰ ਨੂੰ ਕਿ ਜਿੱਦਾਂ ਅੱਗੇ ਵੀ ਜਿਹੜੇ ਮਿਲਦੇ ਰਹੇ ਨੇ, ਪਹਿਲਾਂ ਕਾਂਗਰਸ ਸਰਕਾਰ ਦੇ ਟਾਈਮ 'ਤੇ ਬਹੁਤ ਵਧੀਆ ਲੋਕਾਂ ਨੂੰ ਕੰਪਨਸੇਸ਼ਨ ਮਿਲਦੀ ਸੀ, ਉਸੇ ਤਰ੍ਹਾਂ ਬਣਾ ਦੇ ਉੱਤੇ ਲੋਕਾਂ ਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ, ਗੁਰਦੌਰੀਆਂ ਕਰਵਾਈਆਂ ਜਾਣ ਅਤੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਤਾਂ ਕਿ ਲੋਕਾਂ ਨੂੰ ਇਹਦਾ ਮੁਆਵਜ਼ਾ ਮਿਲ ਸਕੇ ਅਤੇ ਲੋਕ ਜਿਹੜੇ ਨੇ ਖੁਸ਼ ਹੋਣ ਅਤੇ ਕਾਂਗਰਸ ਨਾਲ ਜੁੜੇ ਰਹਿਣ।